ਨਾਮ ਜੀ ਵਾਹੇ ਗੁਰੂ ਸਾਹਿਬ ਜੀਓ ਗੌੜੀ ਸੁਖਮਨੀ ਮਹਿਲਾ ਪੰਜਵਾਂ ਸਲੋਕ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਦ ਗੁਰੇ ਨਮਹ ਜੁਗਾਦ ਗੁਰੇ ਨਮਹ ਸਤਿਗੁਰੇ ਨਮਹ ਸ਼੍ਰੀ ਗੁਰਦੇਵੇ ਨਮਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਡਭਾਗੇ ਹਾਂ ਜੀ ਸਾਨੂੰ ਪਾਤਸ਼ਾਹ ਨੇ ਇਹ ਸਮਾਂ ਗੁਰਮੁਖੋਂ ਬਖਸ਼ਿਸ਼ ਕੀਤਾ ਹੈ ਅਤੇ ਆਓ ਸਭ ਤੋਂ ਪਹਿਲਾਂ ਆਪਾਂ ਜਿਹੜਾ ਇਹ ਸਲੋਕ ਹੈ ਨਾ ਇੱਥੋਂ ਹੀ ਆਪਾਂ ਜਿਹੜੀ ਹੈ ਉਹ ਆਰੰਭਤਾ ਕਰਦੇ ਹਾਂ ਇਹਦੇ ਸ਼ੁੱਧ ਉਚਾਰਨ ਦੀ, ਕਿਉਂਕਿ ਸਭ ਤੋਂ ਵੱਧ ਸੰਗਤਾਂ ਬਾਣੀ ਵੀ ਸੁਖਮਨੀ ਸਾਹਿਬ ਦੀ ਪੜ੍ਹਦੀਆਂ ਨੇ ਅਤੇ ਸਭ ਤੋਂ ਵੱਧ ਗਲਤੀਆਂ ਵੀ ਸੁਖਮਨੀ ਸਾਹਿਬ 'ਚ ਕਰਦੀਆਂ ਨੇ, ਖਾਸ ਕਰ ਬੀਬੀਆਂ ਭੈਣਾਂ, ਕਿਉਂਕਿ ਸਭ ਤੋਂ ਵੱਧ ਬੀਬੀਆਂ ਭੈਣਾਂ ਸੁਖਮਨੀ ਸਾਹਿਬ ਪੜ੍ਹਦੀਆਂ ਨੇ। ਇਸ ਕਰਕੇ ਥੋੜ੍ਹਾ ਜਿਹਾ ਮੇਰਾ ਮਨ ਸੀ ਵੀ ਇਹਦਾ ਉਚਾਰਨ ਹੈ ਨਾ ਸੁਖਮਨੀ ਸਾਹਿਬ ਦੇ ਉਚਾਰਨ ਵੱਲ ਵੀ ਸਾਨੂੰ ਧਿਆਨ ਦੇਣਾ ਚਾਹੀਦਾ। ਤੋ ਸਭ ਤੋਂ ਪਹਿਲਾਂ ਤਾਂ ਜਦੋਂ ਸੁਖਮਨੀ ਸਾਹਿਬ ਦੀ ਆਰੰਭਤਾ ਹੁੰਦੀ ਜਿਹੜਾ ਅਸੀਂ ਕਹਿੰਦੇ ਜੀ ਗੌੜੀ ਸੁਖਮਨੀ, ਗੌੜੀ ਸੁਖਮਨੀ ਬਿਲਕੁਲ ਨਹੀਂ ਪੜ੍ਹਨਾ। ਗੌੜੀ ਰਾਗ ਦਾ ਨਾਮ ਹੈ, ਸੁਖਮਨੀ ਬਾਣੀ ਦਾ ਨਾਮ ਹੈ। ਤੋ ਪਤਾ ਲੱਗੇ ਵੀ ਰਾਗ ਦਾ ਨਾਮ ਲਿਆ ਗਿਆ, ਬਾਣੀ ਦਾ ਨਾਮ ਲਿਆ ਗਿਆ। ਇਸ ਕਰਕੇ ਗੌੜੀ ਥੋੜ੍ਹਾ ਜਿਹਾ ਵਿਸ਼ਰਾਮ ਪਾ ਕੇ, ਤੁਸੀਂ ਨਾਲ ਨਾਲ ਦਿਖ ਜਾਓ ਸਕਰੀਨ ਦੇ ਉੱਪਰ, ਗੌੜੀ ਥੋੜ੍ਹਾ ਜਿਹਾ ਵਿਸ਼ਰਾਮ ਪਾ ਕੇ ਸੁਖਮਨੀ, ਕਿਉਂਕਿ ਗੌੜੀ ਤੀਸਰਾ ਰਾਗ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਬਾਣੀ ਅੰਦਰ। ਸੁਖਮਨੀ ਗੁਰਮੁਖੋਂ ਬਾਣੀ ਦਾ ਨਾਮ ਹੈ, ਜਿਵੇਂ ਜਪ ਬਾਣੀ ਦਾ ਨਾਮ, ਬਾਰਾਂਵਾਂ ਬਾਣੀ ਦਾ ਨਾਮ, ਇਸ ਤੋਂ ਬਾਅਦ ਆਪਾਂ ਕਹਿ ਲਓ ਸਿੱਧ ਗੋਸ਼ਟ ਬਾਣੀ ਦਾ ਨਾਮ, ਚੌਂ ਬੋਲੇ ਸੋਦਰ ਬਾਣੀ ਦੇ ਨਾਮ ਨੇ ਸਾਰੇ। ਇਸੇ ਤਰ੍ਹਾਂ ਜਿਹੜਾ ਸਾਹਿਬ ਸ਼ਬਦ ਹੈ ਉਹ ਅਸੀਂ ਸਤਿਕਾਰ ਦੇ ਨਾਲ ਲਾਉਂਦੇ ਹਾਂ। ਇਸ ਕਰਕੇ ਗੌੜੀ ਵੱਖਰਾ ਹੈ, ਸੁਖਮਨੀ ਵੱਖਰਾ ਹੈ। ਤੋ ਗੌੜੀ ਸੁਖਮਨੀ, ਅਗਲਾ ਸ਼ਬਦ ਹੈ ਮਹਿਲਾ ਪੰਜਵਾਂ, ਪੰਜਵਾਂ ਇਹਨੂੰ ਪੰਜ ਮਾਂ ਨਹੀਂ ਬੋਲਣਾ, ਪੰਜਵਾਂ ਵਾਹਵੇ ਦੇ ਨਾਲ, ਤਾਂ ਜੋ ਪਤਾ ਲੱਗੇ ਪੰਜਵੇਂ ਸਤਿਗੁਰਾਂ ਦੀ ਬਾਣੀ ਹੈ। ਉਸ ਤੋਂ ਬਾਅਦ ਹੈ ਸਲੋਕ, ਜਿਹੜਾ ਗੁਰੂ ਕੋ ਸਲੋਕ ਹੈ, ਸਲੋਕ ਦੇ ਅਰਥ ਬਣਦੇ ਨੇ ਸਿਫਤ ਸਲਾਹ। ਸਲੋਕ ਦੇ ਕੀ ਅਰਥ ਨੇ ਜੀ? ਸਿਫਤ ਸਲਾਹ ਦੇ ਗੀਤ, ਆਪਾਂ ਸੌਖੇ ਦੇ ਅਰਥ ਲਾਈਏ ਇਹਦੇ। ਤੋ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਬਾਣੀ ਅੰਦਰ ਸਲੋਕ ਨੇ ਬਹੁਤ ਜਿਹੜੇ ਸੀ ਉਹ ਉਚਾਰਨ ਕੀਤੇ ਗਏ। ਤੋ ਪਰਮਾਤਮਾ ਜੀ ਦੀ ਸਿਫਤ ਸਲਾਹ ਦੇ ਗੀਤ, ਉਸ ਨੂੰ ਬਾਣੀ ਦੇ ਅੰਦਰ ਸਲੋਕ ਕਿਹਾ ਗਿਆ। ਇੱਕ ਓਅੰਕਾਰ, ਫਿਰ ਸਿਫਤ ਸਲਾਹ ਦੇ ਗੀਤ ਗਾਉਣੇ ਕਿਹਦੇ ਨੇ? ਬਾਣੀ ਦੇ ਅੰਦਰ ਕਿਹਾ ਇੱਕ ਓਅੰਕਾਰ ਦੇ, ਸਿਫਤ ਸਲਾਹ ਦੇ ਗੀਤ ਕਿਹਦੇ ਗਾਉਣੇ ਨੇ? ਇੱਕ ਓਅੰਕਾਰ ਦੇ। ਸਤਿ ਗੁਰਪ੍ਰਸਾਦ, ਜਿਹੜਾ ਸਦੀਵੀ ਹੈ,
ਅਤੇ ਗੁਰੂ ਦੀ ਕਿਰਪਾ ਦੇ ਨਾਲ, ਗੁਰੂ ਦੀ ਬਖਸ਼ੀ ਮਤ ਬੁੱਧ ਦੇ ਨਾਲ ਉਹਦੇ ਰਸਤੇ ਦੀ ਪ੍ਰਾਪਤੀ ਹੁੰਦੀ ਹੈ, ਮਿਲਾਪ ਹੁੰਦਾ ਹੈ। ਥੋੜ੍ਹਾ ਇਸ ਤੋਂ ਅੱਗੇ ਆਪਾਂ ਲਈਏ ਤਾਂ ਜਿਹੜਾ ਸ਼ਬਦ ਆਉਂਦਾ, ਸਲੋਕ ਸ਼ੁਰੂ ਹੁੰਦਾ, ਆਦਿ ਗੁਰੇ ਨਮਹ। ਲਗਭਗ 90% ਸੰਗਤਾਂ ਇਹਦਾ ਉਚਾਰਨ ਗਲਤ ਹੀ ਕਰਦੀਆਂ, ਪਰ ਤਾਂ ਉਲਝ ਹੀ ਰਹਿੰਦੇ ਹਾਂ ਵੀ ਨਵੇਂ ਬੋਲੀਏ ਕਿ ਨਵੇਂ ਬੋਲੀਏ, ਕਿੱਦਾਂ ਬੋਲੀਏ। ਕਦੇ ਤਾਂ ਆਪਾਂ ਉਲਝ ਹੀ ਰਹਿੰਦੇ ਇਸ ਗੱਲ ਦੇ ਪਿੱਛੇ, ਕਿਉਂਕਿ ਜਿਹੜੀ ਇਹ ਸਾਰੇ ਸ਼ਬਦ ਨੇ ਨਾ, ਗੁਰੂ ਸ਼ਬਦ ਵੀ ਸੰਸਕ੍ਰਿਤ ਦਾ ਅਤੇ ਨਮਾ ਸ਼ਬਦ ਵੀ ਸੰਸਕ੍ਰਿਤ ਦਾ। ਕਦੇ ਹਿੰਦੂ ਮੰਦਰਾਂ 'ਚ ਨਾ ਆਰਤੀ ਹੁੰਦੀ ਦੇਖੋ ਜੀ, ਉੱਥੇ ਨਮਾ ਸ਼ਬਦ 'ਤੇ ਬਹੁਤ ਵਰਤਿਆ ਜਾਂਦਾ, ਓਮ ਨਮੋ ਸ਼ਿਵਾਏ ਨਮਹ ਜਾਂ ਓਮ ਗਣੇਸ਼ਾਏ ਨਮਹ, ਇੱਦਾਂ ਇੱਦਾਂ ਉਹ ਬੋਲਦੇ ਨੇ, ਉਹ ਜਦੋਂ ਆਰਤੀ ਕਰਦੇ ਨੇ ਮੰਦਰਾਂ ਦੇ ਵਿੱਚ ਉਹ ਕਦੇ ਵੀ ਨਮਹ ਨਹੀਂ ਬੋਲਦੇ, ਉਹ ਨਮਹ ਹੀ ਬੋਲਦੇ ਹੈ। ਜਿਹੜਾ ਹਾ ਹੈ ਥੋੜ੍ਹਾ ਜਿਹਾ ਕੰਨੇ ਦੀ ਤਰ੍ਹਾਂ ਇਹਦੀ ਜਿਹੜੀ ਹੈ ਉਹ ਵਰਤੋਂ ਕਰਨੀ ਹੈ, ਇਹਨੂੰ ਲਾਵਾਂ ਨਹੀਂ ਬੁਲਾਉਣਾ, ਨਮਹ ਨਹੀਂ ਬੁਲਾਉਣਾ ਇਹਨੂੰ, ਨਮਹ ਇੱਦਾਂ ਥੋੜ੍ਹਾ ਕੰਨੇ ਦੀ ਤਰ੍ਹਾਂ ਜਿਹੜੀ ਹੈ ਇਹਦੀ। ਉਸ ਤੋਂ ਬਾਅਦ ਗੁਰੇ, ਜਿਹੜਾ ਗੁਰੇ ਨਾ, ਗੁਰ ਏ ਕੋਈ ਸ਼ਬਦ ਹੀ ਨਹੀਂ ਹੈ, ਥੋੜ੍ਹਾ ਜਿਹਾ ਇਹਨੂੰ ਲੰਮਾ ਜਿਹਾ ਕਰਕੇ ਇਹਨੂੰ ਗੁਰੇ, ਗੁਰੇ ਸ਼ਬਦ ਹੈ, ਗੁਰੇ ਨਮਹ। ਜੁਗਾਦ ਗੁਰੇ ਨਮਹ, ਸਤ ਗੁਰੇ ਨਮਹ, ਸ਼੍ਰੀ ਗੁਰਦੇਵੇ ਨਮਹ। ਤਾਂ ਇਹਦਾ ਉਚਾਰਨ ਇੱਦਾਂ ਹੋਏਗਾ ਜੀ। ਜਿਹੜਾ ਸ਼੍ਰੀ ਸ਼ਬਦ ਹੈ ਨਾ, ਇਹਨੂੰ ਆਪਾਂ ਪੈਰ 'ਚ ਬਿੰਦੀ ਲਾ ਕੇ ਸ਼੍ਰੀ ਵੀ ਉਚਾਰਨ ਕਰ ਸਕਦੇ ਤਾਂ ਵੀ ਠੀਕ ਹੈ, ਜਿਹਨੂੰ ਆਪਾਂ ਸ਼੍ਰੀ ਕਰ ਦਿਆਂਗੇ ਤਾਂ ਵੀ ਠੀਕ ਹੈ। ਤਾਂ ਇਸ ਕਰਕੇ ਇਹਨੂੰ ਬਾਹਲਾ ਉਹ ਨਹੀਂ ਪੈਣਾ, ਸ਼੍ਰੀ ਵੀ ਔਰ ਸ਼੍ਰੀ ਵੀ ਦੋਨੋਂ ਜਿਹੜੇ ਸ਼ਬਦ ਨੇ ਉਹ ਉਚਾਰਨ ਕੀਤੇ ਜਾਂਦੇ ਹਨ। ਉਸ ਤੋਂ ਬਾਅਦ ਹੈ ਗੁਰਮੁਖੋ ਅਸ਼ਟਪਦੀ। ਅੱਛਾ, ਇਹਦੀ ਆਦਿ ਗੁਰੇ ਨਮਹ ਦਾ ਅਰਥ ਬਣੇਗਾ ਆਦਿ ਤੋਂ, ਮੁੱਢ ਤੋਂ ਜੋ ਗੁਰੂ ਹੈ, ਜੋ ਆਦਿ ਤੋਂ ਅਰਥ ਕੀ ਹੈ, ਮੁੱਢ ਤੋਂ, ਜੋ ਜਦੋਂ ਧਰਤੀ ਆਕਾਸ਼ ਕੁਛ ਵੀ ਨਹੀਂ ਸੀ, ਕੇਵਲ ਇੱਕੋ ਹੀ ਸੀ ਪਰਮਾਤਮਾ, ਜਿਹਨੂੰ ਕਹਿਣਾ ਅਰਬਦ ਨਰਬਦ ਧੁੰਦੂ ਕਾਰਾ, ਧਰਨ ਨਾ ਗਗਨ ਦਾ ਹੁਕਮ ਅਪਾਰਾ, ਨਾ ਦਿਨ ਰਹਿਣ ਨਾ ਚੰਦ ਨਾ ਸੂਰਜ, ਕੁਛ ਵੀ ਨਹੀਂ ਸੀ ਜਦੋਂ, ਕੌਣ ਸੀ, ਸੁੰਨ ਸਮਾਧ ਲਗਾਏ ਦਾ, ਕੇਵਲ ਇੱਕ ਪਰਮਾਤਮਾ ਵੀ ਸੁੰਨ ਅਵਸਥਾ ਦੇ ਵਿੱਚ ਸੀ। ਸੁੰਨ ਅਵਸਥਾ ਕੀ ਹੁੰਦੀ ਹੈ, ਜੀਰੋ ਅਵਸਥਾ, ਅਫਰ ਅਵਸਥਾ ਜਿਹਨੂੰ ਕਿਹਾ ਜਾਂਦਾ ਧਰਮ ਦੀ ਦੁਨੀਆ ਅੰਦਰ, ਉਦੋਂ ਸੀ ਜੋ ਇੱਕ, ਉਸ ਨੂੰ ਨਮਸਕਾਰ ਹੈ। ਤੋ ਪਹਿਲਾਂ ਹੀ ਸੁਖਮਣੀ ਸਾਹਿਬ ਦੀ ਬਾਣੀ ਦਾ ਜਿਹੜਾ ਹੈ ਉਹ ਪਹਿਲਾਂ ਹੀ ਸਿਧਾਂਤ ਕਲੀਅਰ ਹੋ ਜਾਂਦਾ ਵੀ ਸੁਖਮਣੀ ਸਾਹਿਬ ਦੇ ਅੰਦਰ ਜਿਹੜਾ ਇੱਕ ਪਰਮਾਤਮਾ ਨਾ, ਜਿਸ ਤੋਂ ਪਹਿਲਾਂ ਕੋਈ ਵੀ ਨਹੀਂ ਸੀ, ਨਮਸਕਾਰ ਕੇਵਲ ਉਹਨੂੰ ਕੀਤੀ ਗਈ ਹੈ, ਉਹਦੇ ਸਲੋਕ ਨੇ ਉਹਨੂੰ ਹੀ ਨਮਸਕਾਰ ਹੈ। ਆਦਿ ਗੁਰੇ ਨਮਹ, ਜੁਗਾਦ ਜੁਗ ਆਦਿ, ਜਦੋਂ ਯੁੱਗ ਸ਼ੁਰੂ ਹੋਏ, ਯੁੱਗ ਤੋਂ, ਯੁੱਗਾਂ ਦੇ ਮੁੱਢ ਤੋਂ, ਯੁੱਗ ਆਦਿ, ਯੁੱਗਾਂ ਦੇ ਮੁੱਢ ਤੋਂ ਹੈ ਜੋ ਆ, ਜੁਗਾਦ ਗੁਰੇ ਨਮਹ, ਉਹੀ ਗੁਰੂ ਪਰਮੇਸ਼ਰ ਹੈ। ਗੁਰ ਦਾ ਗੁਰੂ, ਗੁਰੇ ਦਾ ਅਰਥ ਇੱਥੇ ਬਣੇਗਾ ਪਰਮੇਸ਼ਰ, ਵਾਹਿਗੁਰੂ,
ਉਸ ਸਮੇਂ ਤਾਂ ਇੱਕੋ ਹੀ ਉਹੀ ਸੀ ਨਾ, ਉਸ ਨੂੰ ਨਮਸਕਾਰ ਹੈ। ਸਤਿਗੁਰੇ, ਸਤਿਗੁਰੂ ਸੱਚਾ ਗੁਰੂ ਨਮਸਕਾਰ ਹੈ। ਸ਼੍ਰੀ ਗੁਰਦੇਵੇ ਨਮਃ, ਜੋ ਸਤਿਗੁਰੂ ਜੀ ਹਨ, ਮੈਂ ਆਪਣੇ ਸਤਿਗੁਰੂ ਨੂੰ ਨਮਸਕਾਰ ਕਰਦਾ ਹਾਂ। ਅੱਗੇ ਹੈ ਅਸ਼ਟਪਦੀ। ਅਸ਼ਟਪਦੀ ਦਾ ਅਰਥ ਹੈ ਅੱਠ ਪਦਿਆਂ ਵਾਲਾ ਸ਼ਬਦ ਹੈ, ਸ਼ਬਦ ਹੀ ਇਹ, ਪਰ ਇਹ ਅੱਠ ਪਦਿਆਂ ਵਾਲਾ ਜੋ ਸ਼ਬਦ ਹੋਵੇ ਉਹਨੂੰ ਅਸ਼ਟਪਦੀ ਕਿਹਾ ਜਾਂਦਾ ਹੈ। ਸਿਮਰੋਂ ਸਿਮਰ ਸਿਮਰ ਸੁਖ ਪਾਵੋਂ, ਕਲ ਕਲੇਸ਼ ਤਨ ਮਾਹੇ ਮਿਟਾਵੋਂ, ਸਿਮਰੋਂ ਜਾਸ ਬਿਸੁੰਭਰ ਏਕੈ, ਨਾਮ ਜਪਤ ਆਗਣਤ ਅਨੇਕੈ, ਵੇਦ ਪੁਰਾਣ ਸਿਮਰਤ ਸੁਧਿਆਖਰ, ਕੀਨੇ ਰਾਮ ਨਾਮ ਇੱਕ ਆਖਰ, ਕਿਨਕਾ ਏਕ ਜਿਸ ਜੀ ਬਸਾਵੈ, ਤਾਂ ਕੀ ਮਹਿਮਾ ਗਣੀ ਨ ਆਵੈ, ਕਾਂਖੀ ਏਕੈ ਦਰਸ ਤੁਹਾਰੋ, ਨਾਨਕ ਉਨ ਸੰਗ ਮੋਹੇ ਉਧਾਰੋ, ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾ ਕੈ ਮਨ ਵਿਸਰਾਮ, ਰਹਾਉ। ਇਹ ਸੀ ਗੁਰਮੁਖੂ ਪਹਿਲਾ ਪਦਾ। ਹੁਣ ਥੋੜ੍ਹਾ ਪਿੱਛੇ ਆਪਾਂ ਚੱਲੀਏ। ਸਿਮਰੋ ਦਾ ਅਰਥ ਹੈ ਮੈਂ ਸਿਮਰਦਾ ਹਾਂ। ਇਹ ਫਸਟ ਪਰਸਨ ਦੀ ਗੱਲ ਹੋ ਰਹੀ ਹੈ ਇੱਥੇ, ਇੱਕ ਪੁਰਖ ਦੀ। ਸਿਮਰੋਂ, ਸਿਮਰ ਸਿਮਰ ਸੁੱਖ ਪਾਵੋਂ, ਪਾਉਂਦਾ ਹਾਂ। ਗੁਰੂ ਅਰਜਨ ਸਾਹਿਬ ਨੂੰ ਪੁੱਛ ਗਏ, ਗੁਰੂ ਅਰਜਨ ਸਾਹਿਬ ਜੀ ਤੁਸੀਂ ਸੁੱਖ ਕਿਵੇਂ ਪ੍ਰਾਪਤ ਕਰਦੇ ਹੋ? ਤਾਂ ਗੁਰੂ ਅਰਜਨ ਸਾਹਿਬ ਪਾਤਸ਼ਾਹ ਕਹਿੰਦੇ, ਭਾਈ ਮੈਂ ਉਸ ਪਰਮਾਤਮਾ ਨੂੰ ਸਿਮਰਦਾ ਹਾਂ। ਸਿਮਰੋਂ, ਮੈਂ ਉਸ ਪਰਮਾਤਮਾ ਨੂੰ ਮੈਂ ਸਿਮਰਦਾ ਹਾਂ ਅਤੇ ਸੁੱਖ ਪ੍ਰਾਪਤ ਕਰਦਾ ਹਾਂ। ਇਹਦਾ ਅਰਥ ਕੀ ਬਣਿਆ? ਗੁਰੂ ਅਰਜਨ ਸਾਹਿਬ ਪਾਤਸ਼ਾਹ ਇਹ ਸਮਝਾ ਰਹੇ ਨੇ, ਜੋ ਆਪਾਂ ਕਹਿੰਦੇ ਹਾਂ ਨਾ ਵੀ ਕੋਈ ਬੰਦਾ ਕਮਾਈ ਕਰਦਾ ਹੋਵੇ ਬਹੁਤੀ, ਆਪਾਂ ਕਹਿੰਦੇ ਤੂੰ ਕਿੱਥੋਂ ਲੈ ਕੇ ਆਉਣਾ ਪੈਸਾ? ਇੱਦਾਂ ਹੁੰਦਾ ਨਾ, ਕਈ ਪੁੱਛ ਲੈਂਦੇ ਆਪਾਂ ਕਿਸੇ ਤੋਂ, ਅੱਛਾ ਤੂੰ ਇਹ ਚੀਜ਼ ਕਿੱਥੋਂ ਲੈ ਕੇ ਆਇਆ? ਉਸੇ ਤਰ੍ਹਾਂ ਜਦੋਂ ਦੁਨੀਆਂ ਦੇ ਲੋਕਾਂ ਨੇ ਪੁੱਛਿਆ ਗੁਰੂ ਅਰਜਨ ਸਾਹਿਬ ਪਾਤਸ਼ਾਹ ਇੰਨਾ ਸੁੱਖ ਕਿੱਥੋਂ ਲੈ ਕੇ ਆਉਂਦੇ ਹੋ? ਇੱਦਾਂ ਗੁਰੂ ਅਰਜਨ ਸਾਹਿਬ ਪਾਤਸ਼ਾਹ ਪਿਰਥੀ ਚੰਦ ਚੜ੍ਹ ਸਦਾ ਤੁਹਾਡੇ ਉੱਤੇ ਹਮਲੇ ਕਰਦਾ, ਦੁਸ਼ਮਣ ਤੁਹਾਡੇ ਉੱਤੇ ਚੜ੍ਹ ਕੇ ਆਉਂਦੇ ਨੇ, ਤੁਸੀਂ ਗੁਰੂ ਅਰਜਨ ਸਾਹਿਬ ਪਾਤਸ਼ਾਹ ਕਦੇ ਦੁਖੀ ਨਹੀਂ ਦੇਖੇ, ਸਦਾ ਹੀ ਸੁਖੀ ਨੇ। ਤੋ ਗੁਰੂ ਸਾਹਿਬ ਤੁਸੀਂ ਇਹ ਸੁੱਖ ਕਿੱਥੋਂ ਲੈ ਕੇ ਆਉਂਦੇ ਹੋ? ਕਿੱਥੋਂ ਮਿਲਿਆ ਇਹ ਸੁੱਖ? ਅਤੇ ਗੁਰੂ ਅਰਜਨ ਸਾਹਿਬ ਪਾਤਸ਼ਾਹ ਕਹਿੰਦੇ, ਭਾਈ ਮੈਂ ਸਿਮਰਦਾ ਹਾਂ ਪਰਮਾਤਮਾ ਨੂੰ। ਸਿਮਰੋਂ, ਅੱਛਾ ਇਹਨੂੰ ਸਿਮਰੋ ਨਹੀਂ ਬੋਲਣਾ, ਹਾਹੇ ਨਾਲ ਨਹੀਂ, ਇਹ ਊੜਾ ਹੈ, ਊੜੇ ਨੂੰ ਔਂਕੜ ਲੱਗਿਆ ਹੋਇਆ ਹੈ। ਤੋ ਇਹਨੂੰ ਉਸੇ ਥੋੜ੍ਹਾ ਥੋੜ੍ਹਾ ਜਿਹੜਾ ਇਹਨੂੰ ਇੰਜ ਲੈ ਲਓ, ਥੋੜ੍ਹਾ ਕਨੌੜਾ ਲਾ ਕੇ ਉੱਤੇ ਬਿੰਦੀ, ਸਿਮਰੋਂ। ਇੱਦਾਂ ਇਹਨੂੰ ਸਿਮਰੋ ਨਹੀਂ, ਹਾਹੇ ਨਾਲ ਨਹੀਂ ਉਚਾਰਨ ਕਰਨਾ। ਕਈ ਵਾਰ ਅਸੀਂ ਇਹਨੂੰ ਸਿਮਰੋ ਸਿਮਰ ਸਿਮਰ ਸੁੱਖ ਪਾਵੋ
ਇੱਦਾਂ ਇੱਦਾਂ ਗਲਤ ਉਚਾਰਨ ਕਰ ਜਾਂਦੇ ਹਾਂ। ਤੋ ਇਹਨੂੰ ਹਾਹੀ ਨਾਲ ਨਹੀਂ ਜੀ, ਇਹ ਊੜਾ ਲੱਗਿਆ ਹੋਇਆ, ਉੜਨ ਥੱਲੇ ਔਂਕੜ ਹੈ, ਤੋ ਇਹਨੂੰ ਉੱਦਾਂ ਹੀ ਗੁਰਮੁਖ ਉਚਾਰਨ ਕਰਨਾ। ਪਾਤਸ਼ਾਹ ਕਹਿੰਦੇ ਭਾਈ ਦੁਨੀ ਭਾਈ ਸਿੱਖੋ, ਮੇਰੇ ਕੋਲ ਸੁੱਖ ਹੈ ਕਿਉਂਕਿ ਮੈਂ ਪਰਮਾਤਮਾ ਦੇ ਨਾਮ ਨੂੰ ਸਿਮਰਦਾ ਹਾਂ। ਜਿਸਨੇ ਵੀ ਸੁੱਖ ਪਾਉਣਾ ਹੈ ਇੱਕੋ ਹੀ ਤਰੀਕਾ ਹੈ, ਪਰਮਾਤਮਾ ਦਾ ਸਿਮਰਨ ਕਰਨਾ। ਅੱਛਾ ਗੁਰਮੁਖ, ਕਈ ਕਈ ਵਾਰ ਨਾ ਇੱਦਾਂ ਬੰਦੇ ਨੂੰ ਮਨ ਵਿੱਚ ਹੁੰਦਾ ਹੈ, ਥੋੜ੍ਹਾ ਚਲੋ ਆਪਾਂ ਇਹਨੂੰ ਇੱਦਾਂ ਵੀ ਵਿਚਾਰ ਲਈਏ ਵੀ ਮੈਂ ਵੀ ਤਾਂ ਵਾਹਿਗੁਰੂ ਬਹੁਤ ਕਰਦਾ, ਮੈਨੂੰ ਕਦੇ ਸੁੱਖ ਨਹੀਂ ਮਿਲਿਆ। ਕਿਉਂਕਿ ਅਸੀਂ ਸਿਮਰਨ ਦਾ ਅਰਥ ਉਹੀ ਕੀਤਾ ਵੀ ਆਹ ਉਹ ਸਿਮਰਨ ਕਰਦੇ ਹਾਂ ਜੀ, ਅਰਥ ਕੀ ਵੀ ਵਾਹਿਗੁਰੂ ਬੋਲਦੇ ਹਾਂ। ਅੱਛਾ ਫਿਰਦਾ ਕਿਤੇ ਹੋਰ ਹੀ ਹੁੰਦਾ, ਸੁਰਤ ਕਿਤੇ ਹੋਰ ਹੀ ਘੁੰਮਦੀ ਫਿਰਦੀ ਹੁੰਦੀ ਹੈ। ਜਿਹੜਾ ਸਿਮਰਨ ਦੇ ਨਾਲ ਸੁੱਖ ਮਿਲਦੇ ਨੇ ਨਾ, ਉਹਦਾ ਅਰਥ ਕੀ ਹੈ? ਮੰਨ ਲਓ ਇਹ ਇੱਕ ਬੱਚਾ ਬਹੁਤ ਸੌਖਾ ਸਮਝ ਲਓ, ਇੱਕ ਬੱਚਾ ਬਹੁਤ ਚਿੰਤਾ ਦੇ ਵਿੱਚ ਹੈ, ਕੋਈ ਉਹਨੂੰ ਨਹੀਂ, ਫਿਰ ਉਹਨੂੰ ਪਤਾ ਲੱਗਦਾ ਵੀ ਇੱਕ ਹੈ ਮੇਰਾ ਬਾਪੂ, ਇੱਕ ਮੇਰਾ ਪਿਤਾ ਹੈ, ਉਹਦੇ ਕੋਲ ਜਾ ਕੇ ਦੁੱਖ ਸੁਣਾਵਾਂਗਾ ਨਾ, ਫਿਰ ਕੋਈ ਫਿਕਰ ਨਹੀਂ, ਇਕਦਮ ਚਿੰਤਾ ਰਹਿਤ ਹੋ ਜਾਂਦਾ ਨਾ। ਇੱਦਾਂ ਹੁੰਦਾ ਜਿਹਦੇ ਸਿਰ ਦੇ ਉੱਤੇ ਬਾਪੂ ਦਾ ਹੱਥ ਹੋਵੇ, ਜਿਹਦੇ ਸਿਰ ਉੱਤੇ ਪਿਓ ਖੜਾ ਹੋਵੇ, ਕੋਈ ਚਿੰਤਾ ਹੁੰਦੀ ਹੈ ਉਹਨੂੰ? ਪਤਾ ਹੀ ਆ ਵੀ ਜਿੰਨਾ ਮਰਜ਼ੀ ਵਿਗਾੜਨਾ ਕੁਛ ਕਰਨਾ, ਘੱਟ ਕੋਈ ਨਾ ਖੜੇ, ਪਿਤਾ ਨੇ ਤਾਂ ਖੜਨਾ ਹੀ ਖੜਨਾ, ਉਹ ਤਾਂ ਕਿਤੇ ਭੱਜ ਹੀ ਨਹੀਂ ਸਕਦਾ। ਜਦ ਤੱਕ ਪਿਤਾ ਹੈ ਉਦੋਂ ਤੱਕ ਕੋਈ ਚਿੰਤਾ ਹੀ ਨਹੀਂ, ਕੋਈ ਦੁੱਖ ਹੀ ਨਹੀਂ ਗੁਰਮੁਖੋ। ਤੋ ਗੁਰੂ ਅਰਜਨ ਸਾਹਿਬ ਪਾਤਸ਼ਾਹ ਕਹਿੰਦੇ ਭਾਈ ਤੂੰ ਸੁਖੀ ਹੋਵੇਂਗਾ ਜਦੋਂ ਤੂੰ ਇਹ ਅੰਦਰੋਂ ਮਨ 'ਚ ਇਹ ਭਰੋਸਾ ਕਰੇਗਾ ਪਰਮਾਤਮਾ ਮੇਰਾ ਪਿਤਾ ਸਦਾ ਮੇਰੇ ਨਾਲ ਹੈ। ਯਾਦ ਸਿਮਰਨ ਦਾ ਜਿਹੜਾ ਸਿਮਰਨ ਅਰਥ ਆ ਨਾ, ਵੈਸੇ ਸਿਮਰਤੀ ਤੋਂ ਬਣਿਆ, ਸਿਮਰਤੀ ਸਿਮਰਤੀ ਦਾ ਅਰਥ ਹੁੰਦਾ ਯਾਦ ਕਰਨਾ, ਯਾਦ ਆਉਣੀ। ਹਿੰਦੂ ਧਰਮ ਦੇ ਅੰਦਰ ਸਿਮਰਤੀਆਂ ਗ੍ਰੰਥ ਨੇ, ਉਹ ਗ੍ਰੰਥ ਜਿਹੜੇ ਰਿਸ਼ੀਆਂ ਮੁਨੀਆਂ ਨੂੰ ਆਪਣੇ ਇਸ਼ਟ ਦੇਵਤਿਆਂ ਦੀ ਯਾਦ ਦੇ ਵਿੱਚੋਂ ਉਚਾਰਨ ਹੋਏ, ਸਿਮਰਤੀਆਂ। ਇਸੇ ਤਰ੍ਹਾਂ ਦੇ ਨਾਲ ਸਿਮਰਨ ਦਾ ਅਰਥ ਹੈ ਯਾਦ ਕਰਨਾ, ਯਾਦ ਕੇਵਲ ਜ਼ੁਬਾਨ ਤੋਂ ਨਹੀਂ, ਅਹਿਸਾਸ ਹੋਣਾ ਉਹਦਾ ਵੀ ਹਾਂ ਉਹ ਤਾਂ ਨਾਲ ਹੈ ਮੇਰੇ। ਜਦੋਂ ਅਸੀਂ ਪਰਮਾਤਮਾ ਦਾ ਸਿਮਰਨ ਕਰਾਂਗੇ, ਪਰਮਾਤਮਾ ਨੂੰ ਯਾਦ ਕਰਾਂਗੇ ਵੀ ਹਾਂ, ਅਤੇ ਉਹ ਪਰਮਾਤਮਾ ਜਿਹੜਾ ਸਦੀਵੀ ਸਾਡੇ ਨਾਲ ਹੈ, ਤਾਂ ਉਸ ਪਰਮਾਤਮਾ ਦੀ ਯਾਦ ਸਾਨੂੰ ਹੌਂਸਲਾ ਦਿੰਦੀ ਹੈ। ਮੈਂ ਗੁਰਮੁਖੋ ਸ਼ਾਮ ਨੂੰ ਨਾ ਜਫਰਨਾਮਾ ਸਾਹਿਬ ਦੀ ਕਥਾ ਚੱਲਦੀ ਪਈ ਹੈ, ਕਰਦੇ ਅੱਜ ਕੱਲ੍ਹ ਸ਼ਾਮ ਨੂੰ ਜਫਰਨਾਮਾ ਸਾਹਿਬ ਕਰਦੇ ਹਾਂ। ਤੁਸੀਂ ਦੇਖੋ ਵੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਕੋਲ ਕਿੱਥੋਂ ਸੁੱਖ ਆਇਆ ਇੰਨਾ, ਵੀ ਕੁਛ ਵੀ ਨਹੀਂ ਬਚਿਆ, ਕੁਛ ਵੀ ਨਹੀਂ, ਅਨੰਦਪੁਰ ਚਲਾ ਗਿਆ, ਫੌਜਾਂ ਖਤਮ ਹੋ ਗਈਆਂ, ਚਾਰ ਪੁੱਤਰ ਸੀ ਸ਼ਹੀਦ ਹੋ ਗਏ ਨੇ, ਪਰਿਵਾਰ ਦਾ ਕੋਈ ਪਤਾ ਨਹੀਂ ਕਿੱਥੇ ਹੈ, ਇਕੱਲੇ ਨੇ। ਪਰ ਕੀ ਕਹਿੰਦੇ ਨੇ ਔਰੰਗਜ਼ੇਬ, ਮੈਂ ਜਿੱਤਿਆ ਹੈ, ਜ਼ਫਰਨਾਮਾ ਲਿਖਦੇ ਨੇ ਨਾ, ਚਿੱਠੀ ਲਿਖਣ ਜਿੱਤ ਦੀ, ਮੈਂ ਔਰੰਗਜ਼ੇਬ ਜਿੱਤ ਗਿਆ। ਹੁਣ ਐਸੀ ਕਿਹੜੀ ਜਿੱਤ ਹੈ, ਐਸਾ ਕਿਹੜਾ ਸੁੱਖ ਹੈ ਵੀ ਗੁਰੂ ਪਾਤਸ਼ਾਹ ਇੰਨੇ ਹੌਂਸਲੇ ਚੜ੍ਹਦੀ ਕਲਾ। ਔਰ ਕਮਾਲ ਦੀ ਗੱਲ ਹੈ ਕਿ ਪੂਰਾ ਜ਼ਫਰਨਾਮਾ ਗੁਰੂ ਤੁਸੀਂ ਪੜ੍ਹੋ, ਇੱਕ ਥਾਂ ਜਦੋਂ ਵੀ ਨਾ ਕਦੇ ਇੱਦਾਂ ਹੁੰਦਾ, ਜਦੋਂ ਕਿਸੇ ਮਾਂ ਦਾ ਪੁੱਤ ਕਿਸੇ ਪਿਓ ਦਾ ਪੁੱਤ 20 ਸਾਲ ਪਹਿਲਾਂ ਚੜ੍ਹਾਈ ਕੀਤਾ ਹੋਵੇ, 20 ਸਾਲ ਪਹਿਲਾਂ, ਉਹ ਦੂਜਿਆਂ ਦੇ ਬੱਚਿਆਂ ਨੂੰ ਦੇਖਦਾ ਵੀ ਮੇਰਾ ਪੁੱਤ ਇਸ ਇਹਦੇ ਜਿੱਡਾ ਸੀ, ਮੇਰਾ ਪੁੱਤ ਵੀ ਇੱਦਾਂ ਦਾ ਹੁੰਦਾ। ਅਤੇ ਕਈ ਵਾਰ ਮਾਂ ਬਾਪ 20-20 ਸਾਲਾਂ ਬਾਅਦ ਵੀ ਰੋ ਪੈਂਦੇ ਆ ਬਗਾਨਿਆਂ ਦੇ ਪੁੱਤ ਦੇਖ ਕੇ ਵੀ ਮੇਰਾ ਵੀ ਹੁੰਦਾ ਅਤੇ ਐਡਾ ਹੁੰਦਾ ਅੱਜ। ਪਰ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਕੁਝ ਦਿਨਾਂ ਤੋਂ ਬਾਅਦ ਜ਼ਫਰਨਾਮਾ ਲਿਖਦੇ ਨੇ ਔਰੰਗਜ਼ੇਬ ਨੂੰ, ਸਾਰੀ ਹਾਲਤ ਬਿਆਨ ਕਰਦੇ ਨੇ
ਜੰਗ ਦੀ ਇੱਕ ਇੱਕ, ਇੱਦਾਂ ਤੇਰੇ ਦੁਸ਼ਮਣ ਲੜੇ, ਇੱਦਾਂ ਮੇਰੀਆਂ ਫੌਜਾਂ ਲੜੀਆਂ, ਇੱਦਾਂ ਤੇਰੇ ਜਰਨੈਲਾਂ ਨੇ ਮੇਰੇ ਪੁੱਤਾਂ ਨੂੰ ਦੋ ਕਛੇ, ਮੇਰੇ ਦੋ ਪੁੱਤਾਂ ਨੂੰ ਸ਼ਹੀਦ ਕੀਤਾ। ਪਰ ਕਦੇ ਹੈ ਐਸਾ ਵੀ ਕਦੇ ਅੱਖ 'ਚੋਂ ਹੰਝੂ ਡਿੱਗ ਗਿਆ ਹੋਵੇ? ਇੱਦਾਂ ਥੋੜ੍ਹਾ ਵੀ ਗੁਰੂ ਗੁਰਮੁਖੋਂ ਪੱਥਰ ਦਿਲ ਹੈ? ਇੱਦਾਂ ਦਾ ਤਾਂ ਨਹੀਂ ਹੈ, ਗੁਰੂ ਦਾ ਹਿਰਦਾ ਤਾਂ ਬੜਾ ਕੋਮਲ ਹੈ। ਪਰ ਔਰੰਗਜ਼ੇਬ, ਮੇਰਾ ਸੁੱਖ ਆ ਨਾ ਜਿਹੜਾ, ਮੇਰਾ ਸੁੱਖ ਬਾਹਰ ਦੇ ਪਦਾਰਥਾਂ ਵਿੱਚੋਂ ਨਹੀਂ ਸੀ। ਜਿਹੜਾ ਆਮ ਗੁਰਮੁਖੋਂ ਸੁੱਖ ਹੈ ਨਾ ਬੰਦੇ ਦਾ, ਉਹ ਸੁੱਖ ਕਿੱਥੋਂ ਹੈ? ਕੱਪੜਿਆਂ ਦੇ ਵਿੱਚੋਂ ਸੁੱਖ, ਇੱਟਾਂ ਗਾਰੇ ਸੀਮੈਂਟ ਦੀਆਂ ਕੰਧਾਂ ਵਿੱਚੋਂ ਸੁੱਖ, ਜਾਂ ਫਿਰ ਅਹੁਦੇ ਵਿੱਚੋਂ ਸੁੱਖ, ਖਾਣ ਪੀਣ ਵਿੱਚੋਂ ਸੁੱਖ। ਜਿਹਦੇ ਖਾਣ ਪੀਣ ਨਾ ਰਿਹਾ ਉਹਦੇ ਸੁੱਖ ਵੀ ਨਹੀਂ ਰਹਿਣਾ, ਜਿਹਦੇ ਅਹੁਦਾ ਨਾ ਰਿਹਾ ਉਹਦੇ ਸੁੱਖ ਵੀ ਨਹੀਂ ਰਹਿਣਾ। ਜਿਹਦੇ ਧਨ ਨਾ, ਜੇ ਸੁੱਖ ਧਨ ਵਿੱਚੋਂ ਲੱਭਿਆ, ਜਿਹਦੇ ਧਨ ਨਾ ਰਿਹਾ ਉਹਦੇ ਸੁੱਖ ਨਹੀਂ ਰਹਿਣਾ। ਹੁਣ ਗੁਰੂ ਗੋਬਿੰਦ ਸਿੰਘ ਦਾ ਸੁੱਖ ਕਿੱਥੇ ਹੈ? ਪਰਮਾਤਮਾ ਦੀ ਯਾਦ ਵਿੱਚ। ਗੁਰੂ ਦਾ ਸੁੱਖ ਕਿੱਥੇ ਪਿਆ? ਪਰਮਾਤਮਾ ਦੀ ਯਾਦ ਵਿੱਚ। ਅਤੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਕਹਿੰਦੇ, ਔਰੰਗਜ਼ੇਬ ਮੈਂ ਅੱਜ ਵੀ ਸੁਖੀ ਹਾਂ, ਨਾ ਸਾਜੋ ਨਾ ਬਾਜੋ ਨਾ ਫੌਜੋ ਨਾ ਫਰਸ਼, ਖੁਦਾਵੰਦ ਬਖਸ਼ਿੰਦੇ ਐਸ਼ ਓਸ਼ ਅਰਸ਼, ਉਸ ਅਰਸ਼ ਦੀ ਐਸ਼ ਅੱਜ ਵੀ ਮੇਰੇ ਕੋਲ ਹੈ। ਅਰਸ਼ ਕੀ ਹੁੰਦਾ? ਅਰਸ਼ ਦਾ ਅਰਥ ਜਿਹੜੇ ਵਿਦਵਾਨ ਨੇ ਕੀਤਾ, ਉਹ ਕੀਤਾ ਸਵਰਗ, ਜੰਨਤ। ਜਿਹੜੀ ਉਹ ਜੰਨਤ ਦੀ ਐਸ਼ ਹੈ ਨਾ, ਮੌਜ ਹੈ, ਆਨੰਦ ਹੈ, ਖੁਦਾਵੰਦ ਬਖਸ਼ਿੰਦੇ, ਉਹ ਖੁਦਾਵੰਦ ਬਖਸ਼ਣ ਵਾਲਾ ਉਹ ਅੱਜ ਵੀ ਮੇਰੇ ਨਾਲ ਹੈ, ਅਤੇ ਉਸ ਅਰਸ਼ ਦੀ ਐਸ਼ ਅੱਜ ਵੀ ਮੇਰੇ ਕੋਲ ਹੈ। ਕਿਉਂ? ਕਿਉਂਕਿ ਪਰਮਾਤਮਾ ਦੀ ਯਾਦ, ਉਸ ਪਰਮਾਤਮਾ ਦਾ ਸਿਮਰਨ ਗੁਰੂ ਗੋਬਿੰਦ ਸਿੰਘ ਦੇ ਕੋਲ ਹੈ। ਕਿਉਂ? ਕਿਉਂਕਿ ਗੁਰੂ ਨੇ ਕਦੇ ਕਿਲਿਆਂ ਵਿੱਚੋਂ ਸੁੱਖ ਨਹੀਂ ਲੱਭਿਆ, ਧੀਆਂ ਪੁੱਤਰਾਂ ਵਿੱਚੋਂ ਸੁੱਖ ਨਹੀਂ ਲੱਭਿਆ, ਧਨ ਦੌਲਤ ਵਿੱਚੋਂ ਸੁੱਖ ਨਹੀਂ ਲੱਭਿਆ, ਤਖਤੋ ਤਾਜ ਵਿੱਚੋਂ ਸੁੱਖ ਨਹੀਂ ਲੱਭਿਆ। ਇਸ ਕਰਕੇ ਸਭ ਕੁਛ ਚਲਾ ਗਿਆ, ਸੁੱਖ ਗਿਆ ਹੀ ਨਹੀਂ, ਕਿਤੇ ਗਿਆ ਹੀ ਨਹੀਂ। ਕਿਉਂ? ਕਿਉਂਕਿ ਉਹ ਸੁੱਖ ਪਰਮਾਤਮਾ ਦੀ ਯਾਦ ਵਿੱਚੋਂ ਸੀ, ਅਤੇ ਪਰਮਾਤਮਾ ਦੀ ਯਾਦ ਮਾਛੀਵਾੜੇ ਜੰਗਲ ਦੇ ਵਿੱਚ ਵੀ ਹੈ, ਉਹ ਰਾਏਕੋਟ ਦੀ ਧਰਤੀ 'ਤੇ ਬੈਠਿਆਂ ਵੀ ਹੈ, ਸਭ ਥਾਵਾਂ ਉੱਤੇ ਹੈ। ਪਰਮਾਤਮਾ ਦੀ ਯਾਦ ਹੈ, ਉਹਦਾ ਸਿਮਰਨ ਹੈ, ਅਤੇ ਸੁੱਖ ਹੈ ਗੁਰਮੁਖੋਂ ਕੋਲ। ਇਸ ਕਰਕੇ ਗੁਰੂ ਨੇ ਕਿਹਾ, ਭਾਈ ਸਿੱਖਾ, ਸੁੱਖ ਲੱਭਣਾ ਅਤੇ ਪਰਮਾਤਮਾ ਦੇ ਸਿਮਰਨ ਵਿੱਚੋਂ ਲੱਭ, ਕਿਉਂਕਿ ਪਰਮਾਤਮਾ ਕਿਤੇ ਨਹੀਂ ਜਾਣ ਵਾਲਾ, ਹੋਰ ਸਭ ਕੁਛ ਚਲਾ ਜਾਏਗਾ। ਜੋ ਦਿਖਦਾ ਪਿਆ ਨਾ, ਦ੍ਰਿਸ਼ਟਮਾਨ ਹੈ ਸਗਲ ਮਥੇਨਾ, ਜਿੰਨਾ ਦ੍ਰਿਸ਼ਟਮਾਨ ਹੈ ਸਭ ਮਿਥ ਹੈ, ਨਾਸ਼ਵੰਤ ਹੈ। ਇਹ ਹੌਲੀ ਇੱਕ ਨਾ ਇੱਕ ਦਿਨ ਪਤਾ ਨਹੀਂ ਕਦੋਂ ਚਲਾ ਜਾਣਾ। ਇਸ ਕਰਕੇ ਗੁਰੂ ਅਰਜਨ ਸਾਹਿਬ ਪਾਤਸ਼ਾਹ ਕਹਿੰਦੇ, ਭਾਈ ਮੈਨੂੰ ਸੁੱਖ ਮਿਲਿਆ ਹੈ ਉਹਦੇ ਸਿਮਰਨ ਦੇ ਵਿੱਚੋਂ। ਸਿਮਰੋ ਸਿਮਰ ਸਿਮਰ ਸੁੱਖ ਪਾਵੋ, ਕਲ ਕਲੇਸ਼। ਕਿਹੜੇ ਕਲ ਕਲੇਸ਼? ਲੜਾਈ ਝਗੜੇ, ਕਿਹੜੇ? ਜਿਹੜੇ ਤਨ ਦੇ ਵਿੱਚ ਨੇ। ਤਨ ਮਾਹੈ ਮਿਟਾਵੋ, ਮੈਂ ਮਿਟਾਉਂਦਾ ਹਾਂ ਜਿਹੜੇ ਸਾਡੇ ਗੁਰਮੁਖੋਂ ਝਗੜੇ ਬਾਹਰ ਦੇ ਨਹੀਂ, ਅੰਦਰ ਇੱਕ ਲੜਾਈ ਸਾਡੇ ਅੰਦਰ ਚੱਲਦੀ ਪਈ ਹੈ। ਇੱਕ ਤਨ ਦੇ ਅੰਦਰ, ਤਨ ਮਾਹੇ ਤਨ ਦੇ ਵਿੱਚ ਜਿਹੜੇ ਲੜਾਈ ਝਗੜੇ ਨੇ ਗੁਰਮੁਖੋਂ ਸਾਡੇ, ਬਾਹਰ ਦੇ ਝਗੜੇ ਤਾਂ ਬਹੁਤ ਛੋਟੇ ਹੈ। ਕਿਉਂ? ਕਿਉਂਕਿ ਦੂਜਿਆਂ ਦੇ ਨਾਲ ਹੈ। ਜਿਹੜੇ ਗੁਰਮੁਖੋਂ ਝਗੜੇ ਅੰਦਰ ਦੇ ਨਾ, ਉਹ ਸਾਡੇ ਆਪਣੇ ਨਾਲ ਹੈ। ਤੁਸੀਂ ਸੋਚ ਕੇ ਦੇਖੋ, ਲੜਾਈ ਦੁਸ਼ਮਣ ਨਾਲ ਦੁੱਖਦਾਈ ਹੁੰਦੀ ਹੈ ਕਿ ਆਪਣਿਆਂ ਦੇ ਨਾਲ?
ਅਤੇ ਕਹਾਂਗੇ ਦੁੱਖ ਲੜਾਈ ਆਪਣਿਆਂ ਦੇ ਨਾਲ ਦੁੱਖਦਾਈ ਹੁੰਦੀ ਹੈ। ਜਦੋਂ ਆਪਣੇ ਭਰਾ ਨਾਲ ਲੜਨਾ ਹੋਵੇ, ਆਪਣੀ ਭੈਣ ਨਾਲ ਲੜਨਾ ਹੋਵੇ, ਫਿਰ ਦੁੱਖ ਲੜਾਈ ਕਾ ਦੁੱਖ ਆਉਂਦਾ, ਜੋਸ਼ ਥੋੜ੍ਹਾ ਆਉਂਦਾ ਕਿਤੇ। ਲੜਾਂਗੇ ਨਾ ਬਗਾਨਿਆਂ ਦੇ ਨਾਲ, ਜੋਸ਼ ਨਾਲ ਲੜਦਾ ਬੰਦਾ, ਪਰ ਜਦੋਂ ਆਪਣੇ ਲੜੇਗਾ ਭੈਣ ਭਰਾ ਦੇ ਨਾਲ, ਦੁੱਖ ਲੜੇਗਾ, ਦੁੱਖ ਦੇ ਅੰਦਰ ਦੁੱਖ ਹੁੰਦਾ ਉਹਦੇ, ਕਿਉਂ? ਲੜਨਾ ਹੀ ਆਪਣਿਆਂ ਦੇ ਨਾਲ ਹੁੰਦਾ। ਇਸੇ ਤਰ੍ਹਾਂ ਪਾਤਸ਼ਾਹ ਕਹਿੰਦੇ ਜਿਹੜੀ ਲੜਾਈ ਤੇਰੇ ਅੰਦਰ ਦੇ, ਜਿਹੜੇ ਤੇਰੇ ਅੰਦਰ ਬੈਠੇ ਨੇ ਨਾ, ਇੱਕ ਪਾਸੇ ਦੇਖ ਭਾਈ ਤੇਰੇ ਅੰਦਰ ਕੌਣ ਹੈ? ਸੱਤ, ਸੰਤੋਖ, ਧਰਮ, ਧੀਰਜ, ਦਇਆ, ਇਹ ਪਰਮਾਤਮਾ ਨੇ ਤੇਰੇ ਅੰਦਰ ਰੱਖੀ ਹੋਈ ਹੈ, ਇਹ ਤੇਰੇ ਅੰਦਰ ਹੀ ਹੈ ਨਾ। ਦੂਜੇ ਪਾਸੇ ਕੌਣ ਬੈਠਾ ਹੈ? ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਇਹ ਵੀ ਤੇਰੇ ਅੰਦਰ ਬੈਠੇ ਹੈ। ਲੜਾਈ ਹੈ ਦੋਨਾਂ ਦੀ, ਦੋਨਾਂ ਦੀ ਲੜਾਈ ਹੈ। ਜਿਹਦੀ ਬੈਕਅਪ ਮਜ਼ਬੂਤ ਹੋਵੇਗੀ ਉਹ ਜਿੱਤ ਜਾਂਦਾ, ਇੱਦਾਂ ਹੀ ਹੁੰਦਾ ਜੀ ਜੰਗ ਦੇ ਮੈਦਾਨ ਵਿੱਚ। ਜਿਹਦੀ ਬੈਕਅਪ ਮਜ਼ਬੂਤ ਹੋਵੇ, ਜੇ ਸੱਤ ਸੰਤੋਖ ਦੀ ਬੈਕ ਦੇ ਉੱਪਰ ਗੁਰੂ ਖੜਾ ਹੈ, ਉਹ ਜਿੱਤ ਜਾਣਗੇ। ਜੇ ਕਾਮ ਕ੍ਰੋਧ ਦੀ ਬੈਕ ਦੇ ਉੱਪਰ ਵਕਾਰ ਖੜੇ ਨੇ ਤਾਂ ਉਹ ਜਿੱਤ ਜਾਏਗਾ। ਲੜਾਈ ਹੈ ਸਾਡੇ ਅੰਦਰ, ਲੜਾਈ ਚੱਲਦੀ ਪਈ ਹੈ। ਤਾਂ ਕਹਿੰਦੇ ਪਾਤਸ਼ਾਹ, ਕਹਿੰਦੇ ਮੈਂ ਸਿਮਰ ਸਿਮਰ ਕੇ, ਕੱਲ ਕਲੇਸ਼ ਤਨ ਮਾਹੈ ਮਿਟਾਵੋ, ਮੈਂ ਮਿਟਾਉਂਦਾ ਹਾਂ ਆਪਣੇ ਤਨ ਦੇ ਅੰਦਰ ਜਿਹੜੇ ਕੱਲ ਕਲੇਸ਼ ਝਗੜੇ ਚੱਲਦੇ ਪਏ ਨੇ ਨਾ, ਨਫ਼ਰਤ ਚੱਲਦੀ ਪਈ ਹੈ, ਇਹ ਸਭ ਨੂੰ ਮੈਂ ਮਿਟਾਉਂਦਾ ਹਾਂ। ਪਰ ਕਿਵੇਂ? ਪਰਮਾਤਮਾ ਦਾ ਨਾਮ ਸਿਮਰ ਸਿਮਰ ਕੇ। ਸਿਮਰੋ ਜਾਸ ਬਿਸੂੰਭਰ ਇੱਕ ਹੈ, ਇਹਨੂੰ ਇਹ ਦੋ ਅੱਖਰ ਨੇ ਬੜੇ ਧਿਆਨ ਨਾਲ ਸਮਝੋ। ਬਿਸ਼ੂੰਭਰ, ਬਿਸ਼ੂੰ, ਇਹਨੂੰ ਇਹਨੂੰ ਹੋਰ ਕਿਸੇ ਤਰੀਕੇ ਨਾਲ ਨਹੀਂ ਬੋਲਣਾ। ਕਈ ਕਈ ਇਹਦੇ ਅਰਥ ਕਰਦੇ ਨੇ ਵਿਸ਼ਵ ਦਾ ਅੰਬਰ, ਅਰਥ ਨਹੀਂ ਬਣ ਗਏ ਉਹਦਾ। ਬਰ ਹੁੰਦਾ ਭਰਨ ਵਾਲਾ, ਪਾਲਣ ਵਾਲਾ। ਵਿਸ਼ੰ, ਵਿਸ਼ਵ, ਸੰਸਾਰ। ਭਰ, ਭਰ ਦਾ ਅਰਥ ਹੁੰਦਾ ਭਰਨ ਵਾਲਾ, ਪਾਲਣ ਵਾਲਾ, ਪਾਲਣ ਵਾਲਾ। ਸਿਮਰੋ ਜਾਸ ਬਿਸੂੰਭਰ ਇੱਕ ਹੈ, ਜਿਹੜਾ ਇੱਕ ਪਰਮਾਤਮਾ ਉਹ ਸਭ ਨੂੰ ਪਾਲਣ ਵਾਲਾ ਹੈ। ਨਾਮ ਜਪਤ ਅਗਣਤ ਅਨੇਕ ਹੈ, ਅਗਣਤ, ਇਹਨੂੰ ਅਗਣਤ ਨਹੀਂ ਬੋਲਣਾ। ਅਗਣਤ, ਗਣਤ ਹੁੰਦਾ ਗਿਣਤੀ ਵਾਲਾ, ਅਗਣਤ ਜਿਹਦੀ ਗਿਣਤੀ ਨਾ ਹੋ ਸਕੇ। ਨਾਮ ਜਪਤ ਅਗਣਤ ਅਨੇਕ ਹੈ, ਜਿਹਨੂੰ ਜਪ, ਜਿਹਦੇ ਨਾਮ ਨੂੰ ਜਪ ਜਪ ਕੇ ਅਨੇਕਾਂ ਹੀ, ਅਣਗਿਣਤ ਹੀ ਸੰਸਾਰ ਤੋਂ ਪਾਰ ਹੋ ਗਏ। ਵੇਦ ਪੁਰਾਣ ਸਿਮਰਤ ਸੁਧਿਆਖਰ, ਪ੍ਰਮਖੋ ਇਹਦਾ ਜਿਹੜਾ ਉਚਾਰਨ ਨਾ ਉਹ ਬੜੇ ਧਿਆਨ ਨਾਲ ਸਮਝੋ ਜੀ, ਕਿਉਂਕਿ ਜਿਹੜਾ ਖੱਖਾ ਹੈ ਨਾ, ਖੱਖੇ ਦੇ ਪੈਰ ਵਿੱਚ ਅੱਧਾ ਜਈਆ ਲੱਗਿਆ ਹੋਇਆ, ਇਹਦਾ ਸੌਖਾ ਜਿਹਾ ਉਚਾਰਨ ਹੈ ਇੱਕ, ਕਿਉਂਕਿ ਇਹ ਭੱਟ ਭੱਟ ਸਾਹਿਬਾਨਾਂ ਦੇ ਸਵਈਆਂ ਦੇ ਵਿੱਚ ਇੱਦਾਂ ਦਾ ਜਿਹੜਾ ਹੈ ਨਾ ਉਹ ਅੱਧਾ ਜਈਆ ਲੱਗਿਆ ਪੈਰ 'ਚ ਬਹੁਤ ਆਉਂਦਾ, ਇਹਦਾ ਸੌਖਾ ਜਿਹਾ ਫਾਰਮੂਲਾ ਹੈ, ਉੱਤੇ ਬਣਾਇਆ ਵੀ ਹੋਇਆ ਆਪਾਂ, ਕਿ ਜਿਹੜੇ ਅੱਖਰ ਦੇ ਥੱਲੇ ਜਈਆ ਲੱਗਿਆ ਹੋਇਆ ਨਾ, ਉਸ ਅੱਖਰ ਨੂੰ ਸਿਹਾਰੀ ਪਾ ਲੈਣੀ ਹੈ ਅਤੇ ਉਸ ਅੱਖਰ ਦੇ ਅੱਗੇ ਆੜਾ ਲਾ ਲੈਣਾ, ਬਸ ਦੋ ਕੰਮ ਕਰਨੇ ਆ। ਸੌਖਾ ਦਾ ਫਾਰਮੂਲਾ ਇਹ, ਜਦੋਂ ਅਸੀਂ ਸੁਧਿਆਖਰ ਨੂੰ ਇੱਦਾਂ, ਜਿਸ ਵੀ ਪੈਰ ਦੇ ਅੱਖਰ 'ਚ ਜਈਆ ਆ ਗਿਆ ਨਾ, ਉਹ ਦੋ ਕੰਮ ਕਰਨੇ ਆ ਬਸ, ਉਚਾਰਨ ਸ਼ੁੱਧ ਹੋ ਜਾਏਗਾ। ਇੱਕ ਤਾਂ ਉਸ ਅੱਖਰ ਨੂੰ ਸਿਹਾਰੀ ਪਾ ਲੈਣੀ ਹੈ, ਖੱਖੇ ਨੂੰ ਕਰਨਾ ਸਿਹਾਰੀ ਪਾ ਲਈ ਖੱਖੇ ਨੂੰ, ਇੱਕ ਉਸ ਤੋਂ ਅੱਗੇ ਆਣਾ ਲਾ ਲੈਣਾ, ਬਸ ਸ਼ੁੱਧ ਉਚਾਰਨ ਹੋ ਜਾਏਗਾ। ਸੁਧਿਆਖਰ,
ਸੁਧਿਆਖਰ ਦੇ ਅਰਥ ਹੁੰਦੇ ਨੇ ਸ਼ੁੱਧ ਅੱਖਰ, ਪਵਿੱਤਰ ਅੱਖਰ। ਇਹਦੇ ਅਰਥ ਬਣ ਕੇ ਸ਼ੁੱਧ ਅੱਖਰ ਹੀ ਬਣ ਗਏ, ਇਹਦੇ ਅਰਥ ਪਵਿੱਤਰ ਅੱਖਰ। ਪਰ ਇਹਦਾ ਉਚਾਰਨ ਜਿਹੜਾ ਹੈ ਸੁਧਿਆਖਰ, ਇਸੇ ਤਰ੍ਹਾਂ ਆਖੇਰ, ਕੀਨੇ ਰਾਮ ਨਾਮ ਇੱਕ ਆਖੇਰ, ਇੱਦਾਂ ਉਚਾਰਨ ਕਰਨਾ। ਤੋ ਪਾਤਸ਼ਾਹ ਕਹਿੰਦੇ ਭਾਈ ਵੇਦ ਨੇ, ਪੁਰਾਣ ਨੇ, ਸਿਮਰਤੀਆਂ ਨੇ, ਜਿੰਨੇ ਵੀ ਇਹਨਾਂ ਗ੍ਰੰਥਾਂ 'ਚ ਪਵਿੱਤਰ ਅੱਖਰ ਨੇ, ਭਾਵੇਂ ਉਹ ਅੱਖਰ ਵੇਦਾਂ ਦੇ ਵਿੱਚ ਨੇ, ਪੁਰਾਣਾਂ ਦੇ ਵਿੱਚ ਨੇ, ਸਿਮਰਤੀਆਂ ਸ਼ਾਸਤਰਾਂ ਦੇ ਵਿੱਚ ਨੇ, ਜਿੰਨੇ ਵੀ ਇਹਨਾਂ ਧਾਰਮਿਕ ਗ੍ਰੰਥਾਂ ਦੇ ਵਿੱਚ ਸ਼ੁੱਧ ਅੱਖਰ ਹਨ, ਕਿੰਨੇ ਰਾਮ ਨਾਮ ਇੱਕ ਆਖਰ, ਉਹ ਭਾਈ ਇੱਕੋ ਹੀ ਗੱਲ ਕਹਿੰਦੇ ਨੇ ਕਿ ਪਰਮਾਤਮਾ ਦਾ ਨਾਮ ਹੀ ਸਭ ਤੋਂ ਉੱਤਮ ਅੱਖਰ ਹੈ। ਸਾਰੇ ਗ੍ਰੰਥ, ਸਾਰੇ ਵੇਦ ਸ਼ਾਸਤਰ ਇੱਕੋ ਹੀ ਗੱਲ ਕਹਿੰਦੇ ਹਨ ਕਿ ਕਹਿੰਦੇ ਨੇ ਕਿੰਨੇ, ਥੋੜ੍ਹਾ ਰੁੱਕ ਕੇ, ਰਾਮ ਨਾਮ ਇੱਕ ਆਖਰ, ਇੱਕ ਰਾਮ ਦਾ ਨਾਮ ਹੀ, ਇੱਕ ਪਰਮੇਸ਼ਰ ਦਾ ਸਿਮਰਨ ਹੀ ਸਭ ਤੋਂ ਪਵਿੱਤਰ ਅੱਖਰ, ਸਭ ਤੋਂ ਪਵਿੱਤਰ ਬਚਨ ਹੈ। ਕਿਨਕਾ ਏਕ ਜਿਸ ਜੀਵ ਸਾਵੈ, ਕਿਨਕਾ ਰਤੀ ਮਾਤਰ, ਜਿਹੜਾ ਭਾਈ ਪਰਮਾਤਮਾ ਦੇ ਨਾਮ ਨੂੰ ਹਿਰਦੇ ਵਿੱਚ ਵਸਾਵੇਗਾ, ਤਾਂ ਕੀ ਮਹਿਮਾ, ਉਹਦੀ ਮਹਿਮਾ, ਉਹਦੀ ਵਡਿਆਈ, ਉਹਦੇ ਅੰਦਰ ਦੀ ਅਵਸਥਾ ਗਣੀ ਨਾ ਆਵੇ, ਗਿਣਤੀ ਵਿੱਚ ਨਹੀਂ ਆ ਸਕਦੀ, ਐਡੀ ਉੱਚੀ ਹੋ ਜਾਂਦੀ ਹੈ। ਕਾਂਖੀ ਏਕੈ ਦਰਸ ਤੁਹਾਰੋ, ਕਾਂਖੀ ਹੁੰਦਾ ਚਾਹਵਾਨ, ਜਗਿਆਸੂ। ਕਾਂਖੀ ਏਕੈ ਦਰਸ ਤੁਹਾਰੋ, ਪਾਤਸ਼ਾਹ ਕਹਿੰਦੇ ਪਰ ਜਿਹੜੇ ਚਾਹਵਾਨ ਨੇ, ਕਾਂਖੀ ਏਕੈ ਦਰਸ ਤੁਹਾਰੋ, ਮੈਂ ਚਾਹਵਾਨ ਹਾਂ, ਉਸ ਇੱਕ ਦੇ ਦਰਸ਼ਨਾਂ ਨੂੰ ਚਾਹੁੰਦਾ ਹਾਂ। ਨਾਨਕ ਉਨ ਸੰਗ ਮੋਹੇ ਆਧਾਰੋ, ਗੁਰੂ ਅਰਜਨ ਸਾਹਿਬ ਪਾਤਸ਼ਾਹ ਕਹਿੰਦੇ ਮੈਨੂੰ ਨਾਨਕ ਨੂੰ ਉਹਨਾਂ ਦੇ ਨਾਲ ਮਿਲਾ ਦੇਵੋ, ਉਹਨਾਂ ਦਾ ਸੰਗ ਕਰਵਾ ਦੇਵੋ। ਕਿਹੜੇ? ਜਿਹੜੇ ਇੱਕ ਪਰਮਾਤਮਾ ਦਾ ਸਿਮਰਨ ਕਰਦੇ ਹਨ। ਨਾਨਕ ਉਨ ਸੰਗ, ਮੈਨੂੰ ਨਾਨਕ ਨੂੰ ਉਹਨਾਂ ਦੀ ਸੰਗਤ ਕਰਵਾ ਦੇਵੋ। ਮੋਹੇ ਉਧਾਰੋ, ਉਨ ਸੰਗ ਮੋਹੇ ਉਧਾਰੋ, ਤਾਂ ਜੋ ਮੇਰਾ ਵੀ ਸੰਸਾਰ ਤੋਂ, ਭਵ ਸਾਗਰ ਤੋਂ ਪਾਰ ਉਤਾਰਾ ਹੋ ਜਾਏ, ਮੈਂ ਵੀ ਸੰਸਾਰ ਸਾਗਰ ਵਿੱਚ ਵਿਕਾਰਾਂ ਤੋਂ ਬਚ ਜਾਵਾਂ। ਤੋ ਇਹ ਸੀ ਗੁਰਮੁਖੋ ਅੱਜ ਦੇ ਪਾਵਨ ਪਹਿਲੇ ਪਦੇ ਦੀ ਵਿਚਾਰ। ਪਾਤਸ਼ਾਹ ਕਿਰਪਾ ਕਰਨ, ਭੁੱਲਾਂ ਚੁੱਕਾਂ ਦੀ ਖਿਮਾ। ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਨਾਮ ਸ੍ਰੀ ਵਾਹਿਗੁਰੂ ਸਰਜੀਓ।